ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਤੁਹਾਡੇ ਨਾਲ ਜਸਮੀਤ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਕਰੋਨਾ ਆਪਣਾ ਤੰਡਵ ਵਿਖਾਰ ਹੈ ਲਗਾਤਾਰ ਮਰੀਜ਼ ਵਧਦੇ ਜਾ ਰਹੇ ਨੇ ਹਰ ਇੱਕ ਪੰਜਵਾਂ ਮਰੀਜ਼ ਆਪਾਂ ਕਹਿ ਸਕਦੇ ਹਾਂ ਕਿ ਕਰੋਨਾ ਪੋਜ਼ੀਟਿਵ ਪਾਇਆ ਜਾ ਰਿਹਾ ਹੈ ਜੋ ਸਿਹਤ ਵਿਭਾਗ ਦੇ ਨਾਲ-ਨਾਲ ਸਰਕਾਰ ਦੇ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਬੀਤੇ ਕੁਝ ਕੁ ਦਿਨਾਂ ਦੇ ਵਿੱਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਹੈ ਜਿਹੜੀ ਰਿਕਾਰਡ ਤੋੜ ਰਹੀ ਹੈ ਕਈ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਨੇ ਕੋਰੋਨਾ ਹਰ ਪੰਜਵੇਂ ਵਿਅਕਤੀ ਕੋਰੋਨਾ ਪੋਜ਼ਿਟਿਵ ਪਾਇਆ ਜਾ ਰਿਹਾ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਨੋ ਲੋਕਾਂ ਦੀ ਜਾਂਚ ਚੱਲੀ ਗਈ ਹੈ ਪਟਿਆਲਾ ਮਹਾਲੀ ਤੇ ਲੁਧਿਆਣਾ ਦੀ ਸਥਿਤੀ ਸਭ ਤੋਂ ਵੱਧ ਖਰਾਬ ਹੈ ਹਾਲਾਤ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦੇ ਵਿਗੜ ਰਹੇ ਨੇ ਹਾਲਤ ਇਹ ਹੈ ਕਿ ਹਰ ਪੰਜਵੇਂ ਵਿਅਕਤੀ ਪੋਜ਼ਿਟਿਵ ਮਿਲ ਰਿਹਾ ਹੈ ਮੰਗਲਵਾਰ ਨੂੰ ਸਿਹਤ ਵਿਭਾਗ ਨੇ 24636 ਸੈਂਪਲ ਦੀ ਜਾਂਚ ਕਰਵਾਈ ਜਿਨ੍ਹਾਂ ਦੇ ਵਿੱਚੋਂ 4593 ਲੋਕ ਪੋਜ਼ਿਟਿਵ ਮਿਲੇ ਸਭ ਤੋਂ ਬੁਰੀ ਹਾਲਤ ਪਟਿਆਲਾ ਮਹਾਲੀ ਤੇ ਲੁਧਿਆਣਾ ਦੇ ਵਿੱਚ ਹੈ ਕਿਉਂਕਿ ਇਹ ਤਿੰਨੋਂ ਸ਼ਹਿਰ ਪਹਿਲਾਂ ਵੀ ਸੈਂਸਿਟਿਵ ਜ਼ੋਨ ਦੇ ਵਿੱਚ ਸੀ ਇੱਥੇ ਸਭ ਤੋਂ ਵੱਧ ਕੇਸ ਪਾਏ ਸੀ ਤੇ ਹੁਣ ਤੀਸਰੀ ਲਹਿਰ ਦੌਰਾਨ ਵੀ ਇਹ ਸੈਂਸਿਟਿਵ ਜ਼ੋਨ ਹੈ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਉਥੇ ਸੱਤ ਜ਼ਿਲ੍ਹਿਆਂ ਦੇ ਵਿੱਚ 9 ਲੋਕਾਂ ਦੀ ਜਾਨ ਜਾ ਚੁੱਕੀ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਫਿਲਹਾਲ ਚੋਣਯੁਗ ਦੀ 15 ਜਨਵਰੀ ਤੱਕ ਰੈਲੀਆਂ ਤੇ ਰੋਕ ਲਾ ਦਿੱਤੀ ਹੈ ਪਰ ਜੇ ਇਹ ਰੈਲੀਆਂ ਕਰਨ ਦੀ ਇਜਾਜ਼ਤ ਮਿਲਦੀ ਹੈ ਤਾਂ ਪੰਜਾਬ ਦੀ ਹਾਲਤ ਬਦ ਤੋਂ ਬੱਧਰ ਹੋ ਸਕਦੀ ਹੈ 11 ਜ਼ਿਲ੍ਹੇ ਪੰਜਾਬ ਦੇ ਵਿੱਚ ਜਿਹੇ ਨੇ ਜਿੱਥੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 100 ਤੋਂ ਪਾਰ ਹੋ ਰਹੀ ਹੈ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ 909 ਮਰੀਜ਼ ਪਟਿਆਲਾ 703 ਮੁਹਾਲੀ 678 ਲੁਧਿਆਣਾ 455 ਅੰਮ੍ਰਿਤਸਰ 330 ਜਲੰਧਰ 233 ਬਠਿੰਡਾ 66 카ਟ ਫਤਿਗੁਰ ਸਾਹਿਬ ਜਦਕਿ 150 ਕਪੂਰਥਲਾ 117 ਗੁਰਦਾਸਪੁਰ 117 ਦੇ ਕਰੀਬ ਮਰੀਜ਼ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਤੇ 106 ਮਰੀਜ਼ ਰੋਪੜ ਤੋਂ ਮਿਲਨੇ ਫਰੀਦਕੋਟ ਮੁਕਸਰ ਤੇ ਪਠਾਨਕੋਟ ਅਜੇਹ ਜ਼ਿਲ੍ਹੇ ਨੇ ਜਿੱਥੇ ਮਰੀਜ਼ਾਂ ਦੀ ਗਿਣਤੀ 90 ਤੋਂ ਜ਼ਿਆਦਾ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਨੌ ਮੌਤਾਂ ਹੋ ਗਈਆਂ ਨੇ 17 ਮਰੀਜ਼ ਆਈਸੀਯੂ ਤੇ ਵੈਂਟੀਲੇਟਰ ਤੇ ਨੇ ਪੰਜਾਬ ਦੇ ਵਿੱਚ ਕਰੋਨਾ ਦੇ ਲਿਹਾਜ਼ ਦੇ ਨਾਲ ਇਸ ਵਕਤ ਹਾਲਤ ਜਿਹੜੀ ਉਹ ਖਰਾਬ ਹੋ ਰਹੀ ਹੈ ਨੌ ਲੋਕਾਂ ਦੀ ਮੌਤ ਹੋ ਗਈ ਹੈ ਇਹਨਾਂ ਦੇ ਵਿੱਚੋਂ ਗੁਰਦਾਸਪੁਰ ਤੇ ਪਟਿਆਲਾ ਦੇ ਵਿੱਚ 2-2 ਬਠਿੰਡਾ ਲੁਧਿਆਣਾ ਮੋਗਾ ਮਹਾਲੀ ਪਠਾਨਕੋਟ ਦੇ ਵਿੱਚ ਇੱਕ-ਇੱਕ ਵਿਅਕਤੀ ਦੀ ਕਰੋਨਾ ਵਾਇਰਸ ਤੇ ਚਲਦਿਆ ਮੌਤ ਹੋਈ ਹੈ ਐਸੀ ਦਰਨ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਦੋ ਦੋ ਮਰੀਜ਼ ਵੈਂਟੀਲੇਟਰ ਤੇ ਰੱਖੇ ਗਏ ਨੇ ਉੱਥੇ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਤਿੰਨ ਤਿੰਨ ਫਰੀਦਕੋਟ ਦੇ ਵਿੱਚ ਦੋ ਲੁਧਿਆਣਾ ਦੇ ਵਿੱਚ ਪੰਜ ਮਰੀਜ਼ ਆਈਸੀਯੂ ਤੇ ਆਈਸੀਯੂ ਦੇ ਵਿੱਚ ਸ਼ਿਫਟ ਕੀਤੇ ਗਏ ਨੇ ਪੰਜਾਬ ਦੇ ਵਿੱਚ ਲਾਈਫ ਸੇਵਿੰਗ سپورਟ ਵਾਲੇ ਮਰੀਜ਼ਾਂ ਦੀ ਗਿਣਤੀ 442 ਹੋ ਚੁੱਕੀ ਹੈ ਪੰਜਾਬੀਆਂ ਕਈ ਵੱਡੀ ਹਸਤੀਆਂ ਵੀ ਕੋਰੋਨਾ ਦੇ ਲੀਪੇ ਤੇ ਵਿਚਾਰਿਆ ਯਾਨੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੋਰੋਨਾ ਪੋਜ਼ਿਟਿਵ ਪਾਇਆ ਕਿ ਨਹੀਂ ਇਹ ਜਾਣਕਾਰੀ ਉਹਨਾਂ ਦੇ ਵੱਲੋਂ ਖੁਦ ਆਪਣੀ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਲੋਕ ਵੀ ਜੋ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਨੇ ਖੁਦ ਨੂੰ ਆਈਸੋਲੇਟ ਕਰ ਲੈਣ ਕੈਪਟਨ ਅਮਰਿੰਦਰ ਨੇ ਵੀ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਪੰਜਾਬ ਦੇ ਨਾਲ ਨਾਲ ਦੇਸ਼ ਭਰ ਦੇ ਵਿੱਚ ਵੀ ਕੋਰੋਨਾ ਹਰ ਇੱਕ ਪਾਸੇ ਆਪਣਾ ਫਨ ਦਿਖਾ ਰਿਹਾ ਹੈ ਕਈ ਵੱਡੀਆਂ ਹਸਤੀਆਂ ਜਿਵੇਂ ਕਿ ਲਤਾ ਮੰਗੇਸ਼ਕਰ ਰਾਜਨਾਥ ਸਿੰਘ ਨਿਤਿਸ਼ ਕੁਮਾਰ ਵਰਗੀਆਂ ਹਸਤੀਆਂ ਵਿਕਰੋਣਾ ਪੋਜ਼ਿਟਿਵ ਪਾਈਆਂ ਗਿਆ ਨੇ ਤੇ ਪੰਜਾਬ ਦੇ ਵਿੱਚ ਵੀ ਨਿਤ ਨਵੇਂ ਕੇਸ ਨਿਜੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਜੋ ਕਿ ਚਿੰਤਾ ਦਾ ਵਿਸ਼ਾ ਸੋ ਅਸੀਂ ਤਾਂ ਕੀਤਾ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਰਹੋ ਅਤੇ ਬਿਨਾ ਲੋੜ ਤੋਂ ਘਰੋਂ ਬਾਹਰ ਕੱਟ ਹੀ ਨਿਕਲੋ ਅਤੇ ਦੂਰੀ ਬਣਾਈ ਰੱਖੋ ਮਾਸਕ ਪੈਂਕ ਕੇ ਰੱਖੋ